ਦੋਸਤੋ ਅੱਜ ਇੱਕ ਨਵਾਂ ਸਕੈਮ ਆਇਆ ਹੈ ਕਿ ਹੁਣ ਹੀ ਚੱਲਿਆ ਤੇ ਬਹੁਤ ਸਾਰੇ ਲੋਕ ਇਹਨਾਂ ਠੱਗੇ ਜਾ ਰਿਹਾ ਇੱਕ ਆਪਣੇ ਨਾ ਬੱਸ ਸਟੈਂਡਾਂ ਦੇ ਵਿੱਚ ਨਾ ਇੱਕ ਐਦਾਂ ਦੇ ਚਾਰਜਿੰਗ ਪੋਰਟ ਪੋਰਟ ਬਣਾਏ ਹੁੰਦੇ ਜਿਹੜੇ ਅ ਵਿੱਚੇ ਫਿਕਸ ਕੀਤੇ ਹੁੰਦੇ ਆ ਆਪਣੇ ਬੋਰਡ ਦੇ ਵਿੱਚੇ ਐਦਾਂ ਦੇ ਯੂ ਐਸ ਬੀ ਚਾਰਜਰ ਪੋਰਟ ਲਾਏ ਹੁੰਦੇ ਉਹਨਾਂ ਨੇ ਤੇ ਉਹਦੇ ਦੇ ਉੱਤੇ ਆਪਾਂ ਜਾ ਕੇ ਚਾਰਜਿੰਗ ਲਾ ਦਿੰਦੇ ਆ ਦੋਸਤੋ ਇਹਦਾ ਬਿਲਕੁਲ ਨਹੀਂ ਕਰਨਾ ਕਿਉਂਕਿ ਇਹਨਾਂ ਦੇ ਯੂ ਐਸ ਬੀ ਦੇ ਵਿੱਚ ਨਾ ਇੱਕ ਚਿਪ ਫਿਟ ਕੀਤੀ ਹੁੰਦੀ ਉਹਨਾਂ ਨੇ ਪਹਿਲਾਂ ਹੀ ਸਕੈਮਰਾਂ ਨੇ ਚਿਪ ਤੇ ਫਿੱਟ ਕੀਤੀ ਉਹਦੀ ਜਦੋਂ ਆਪਾਂ ਨੂੰ USB ਕੇਬਲ ਫਿਕਸ ਕਰਦੇ ਆ ਆਪਾਂ ਆਪਣੇ ਫੋਨ ਨਾਲ ਅਟੈਚ ਕਰਦੇ ਆ ਤਾਂ ਉਹ ਅਟੈਚ ਹੋਣ ਨਾਲ ਜਿੰਨਾ ਵੀ ਡਾਟਾ ਤੁਹਾਡੇ ਫੋਨ ਦੇ ਵਿੱਚ ਹੈਗਾ ਉਹ ਚਿਪ ਉੱਪਰ ਅਪਲੋਡ ਹੋ ਜਾਂਦਾ ਹੈ ਜਿਦੇ ਕਰਕੇ ਬਹੁਤ ਜ਼ਰਾ ਲੋਕ ਠੱਗੇ ਜਾ ਰਹੇ ਆ ਤੇ ਉਹਦੇ ਬਾਅਦ ਉਹਨੂੰ ਜਿਹੜਾ ਜਿੰਨਾ ਵੀ ਡਾਟਾ ਐ ਤੁਹਾਡੇ ਫੋਨ ਦਾ ਐਕਸੈਸ ਆ ਉਹਦੇ ਬੰਦੇ ਕੋਲ ਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਕੋਈ OTP ਦੀ ਲੋੜ ਨਹੀਂ ਕੁਛ ਕਰਿਆ ਚੀ ਦੀ ਲੋੜ ਨਹੀਂ ਤੇ ਤੁਹਾਡੇ ਫੋਨ ਦੇ ਰਾਹੀਂ ਤੁਹਾਡੇ ਅਕਾਊਂਟ ਚ ਵੜ ਕੇ ਤੁਹਾਡੇ ਪੈਸੇ ਕੱਢੇ ਜਾ ਰਹੇ ਆ ਇਹ ਇਸ ਸਕੈਮ ਨਮ ਨਮ ਚੱਲਿਆ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੀ ਜਿਹੜੀ ਬੇਨਤ ਕਮਾਈ ਨਾਲ ਜੋੜੀ ਹੋਈ ਜਿਹੜੀ ਪੈਸੇ ਆ ਉਹ ਬਰਬਾਦ ਨਾ ਹੋਵੇ ਤੇ ਉਹਨਾਂ ਜਿਹੜਾ ਜਿਹੜਾ ਡਾਟੇ ਦਾ ਕੋਈ ਮਿਸਯੂਜ਼ ਨਾ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਤਾਂ ਕਿ ਉਹ ਬਚ ਸਕਣ ਇਸ ਚੀਜ਼ ਤੋਂ ਅਵੇਅਰ ਹੋ ਸਕੇ ਉਹ ਵੀ ਫਿਰ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ